ਸਿੱਖੋ ਇਸ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਗੁਰਮੁਖ ਪਿਆਰਿਓ, ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਆਪਣੀ ਲੜੀ ਚੱਲ ਰਹੀ ਸੀ ਭਗਤ ਧੰਨਾ ਜੀ ਦੇ ਸੰਬੰਧ ਵਿੱਚ ਪੱਥਰ ਮੂਰਤੀ ਪੂਜਾ ਦੇ, ਉਹਨੂੰ ਆਪਾਂ ਜਾਰੀ ਰੱਖਾਂਗੇ। ਪਰ ਅੱਜ ਇੱਕ ਵੀਡੀਓ ਇੱਕ ਸਿੰਘ ਦੇ ਕੋਲੋਂ ਦਾਸ ਨੂੰ ਮਿਲੀ ਹੈ, ਅੱਜ ਆਪਾਂ ਉਹਦੇ ਸੰਬੰਧ ਵਿੱਚ ਵਿਚਾਰ ਕਰਾਂਗੇ। ਵੀਡੀਓ ਹੈ ਨਾਨਕਸਰ ਵਾਲੇ, ਮੇਰਾ ਖਿਆਲ ਬਾਬਾ ਸੰਤ ਕੁਰਾਲੀ ਵਾਲਾ ਹੈ। ਅਤੇ ਸਟੇਜ ਦੇ ਉੱਤੇ ਬੈਠ ਕੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਕਿ ਉਹ ਕਿਵੇਂ ਪਿੱਟ ਰਿਹਾ ਹੈ। ਮਾਫ਼ ਕਰਨਾ, ਮੈਨੂੰ ਸ਼ਬਦ ਪਿੱਟ ਰਿਹਾ ਵਰਤਣਾ ਪੈ ਰਿਹਾ, ਕਿਉਂਕਿ ਜਦੋਂ ਤੁਸੀਂ ਅਸਲ ਵਿੱਚ ਵੀਡੀਓ ਦੇਖੋਗੇ ਤਾਂ ਕੰਮ ਇਹੀ ਹੋ ਰਿਹਾ ਆ। ਅਤੇ ਦੂਸਰੀ ਗੱਲ, ਇੱਕ ਤਰ੍ਹਾਂ ਦਾ ਉਹ ਸਟੇਜ 'ਤੇ ਬੈਠ ਕੇ ਰੋ ਰਿਹਾ ਹੈ। ਮੇਰੇ ਖਿਆਲ ਇੱਕ ਤਾਂ ਵੀਡੀਓ ਇਹਦੀ ਪਹਿਲਾਂ ਵੀ ਆਈ ਸੀ ਜਿੱਥੇ ਸੱਚਮੁੱਚ ਰੋ ਰਿਹਾ ਸੀ ਸਟੇਜ ਦੇ ਉੱਤੇ ਬੈਠ ਕੇ, ਕਿ ਕੋਈ ਉਹਨਾਂ ਦਾ ਬਾਬਾ ਸੀਗਾ ਜਿਹੜਾ ਅਕਾਲ ਚਲਾਣਾ ਕਰ ਗਿਆ ਸੀਗਾ, ਅਤੇ ਉਹਦੇ ਵਿਛੋੜੇ ਵਿੱਚ ਰੋ ਰਿਹਾ ਸੀਗਾ ਸਟੇਜ ਦੇ ਉੱਤੇ ਬੈਠ ਕੇ। ਪਰ ਹੁਣ ਇਸ ਕਰਕੇ ਰੋ ਰਹੇ ਨੇ ਕਿਉਂਕਿ ਹੁਣ ਗੁਰਮਤਿ ਦਾ ਪ੍ਰਚਾਰ ਜੋ ਹੈ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਹੁਣ ਇਸ ਕਰਕੇ ਰੋ ਰਹੇ ਨੇ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇਹਨਾਂ ਦੇ ਪਖੰਡ ਦੇ ਵਿਰੁੱਧ ਡਟ ਕੇ ਬੋਲਦੇ ਨੇ, ਜਿਹੜਾ ਇਹਨਾਂ ਨੇ ਜਾਲ ਵਿਛਾਇਆ ਹੋਇਆ ਹੈ ਸੰਗਤਾਂ ਨੂੰ ਲੁੱਟਣ ਦਾ, ਉਹਦਾ ਭਾਂਡਾ ਸੰਗਤਾਂ ਦੇ ਸਾਹਮਣੇ ਹੌਲੀ ਹੌਲੀ ਭੱਜ ਰਿਹਾ ਆ ਅਤੇ ਇਹਨਾਂ ਨੂੰ ਦੁੱਖ ਲੱਗ ਰਿਹਾ ਆ। ਹੁਣ ਤਾਂ ਸਟੇਜ ਦੇ ਉੱਤੇ ਬੈਠ ਕੇ ਹੀ ਇਹ ਕਹਿੰਦੇ ਕਿ ਸਾਨੂੰ ਬੜਾ ਦੁੱਖ ਲੱਗਦਾ, ਬੜਾ ਦੁੱਖ ਲੱਗਦਾ, ਕਿਉਂਕਿ ਇਹਨਾਂ ਨੂੰ ਡਰ ਹੈ ਕਿ ਸਾਡੀਆਂ ਜਿਹੜੀਆਂ ਦੁਕਾਨਾਂ ਨੇ ਉਹ ਕਿਤੇ ਬੰਦ ਨਾ ਹੋ ਜਾਣ, ਕਿਉਂਕਿ ਜਿਹੜਾ ਨੌਜਵਾਨ ਵਰਗ ਹੈ ਉਹ ਜਾਗ ਰਿਹਾ ਹੈ। ਨੌਜਵਾਨ ਜੋ ਪੀੜ੍ਹੀ ਹੈ ਉਹ ਹੁਣ ਗੁਰਬਾਣੀ ਦੀ ਲੜ ਲੱਗ ਰਹੀ ਹੈ, ਗੁਰਮਤਿ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਨਾ ਕਿ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਰਹੀ ਹੈ। ਸੋ ਇਸ ਕਰਕੇ ਇਹਨਾਂ ਨੂੰ ਫਿਕਰ ਪਿਆ ਹੋਇਆ ਹੈ। ਸੋ ਇਸ ਵੀਡੀਓ ਦੇ ਵਿੱਚ ਇਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸੰਬੰਧ ਵਿੱਚ ਬਿਆਨਬਾਜ਼ੀ ਕਰ ਰਹੇ ਨੇ ਕਿ ਉਹ ਸਾਡੇ ਸੰਤਾਂ ਦੀ ਨਿੰਦਿਆ ਕਰਦੇ ਨੇ, ਉਹ ਸਾਡੇ ਬਿਜ਼ਨਸ ਨੂੰ ਲੱਤ ਮਾਰ ਰਹੇ ਨੇ, ਕਿਉਂਕਿ ਭਾਈ ਸਾਹਿਬ ਨੇ ਇਹਨਾਂ ਦੀਆਂ ਜਿਹੜੇ ਪਾਠਾਂ ਦੀਆਂ ਲੜੀਆਂ ਚਲਾਉਂਦੇ ਨੇ 50-50 100-100 ਪ੍ਰਕਾਸ਼ ਕਰਕੇ ਬੰਦ ਕਮਰਿਆਂ ਦੇ ਵਿੱਚ, ਕਿਸੇ ਨੂੰ ਜਾਣ ਨਹੀਂ ਦਿੰਦੇ, ਅਤੇ ਕਹਿੰਦੇ ਨੇ ਜੀ ਇਹ ਫਲਾਨਾ ਪਾਠ ਤਾਂ ਫਲਾਨਾ ਪਾਠ ਫਲਾਨੀ ਕੋਤਰੀ ਏ। ਇਸ ਪਖੰਡ ਦੇ ਵਿਰੋਧ ਭਾਈ ਸਾਹਿਬ ਨੇ ਡਟ ਕੇ ਪ੍ਰਚਾਰ ਕੀਤਾ ਹੈ ਅਤੇ ਸਟੇਜ ਦੇ ਉੱਤੇ ਬੈਠ ਕੇ ਬੋਲ ਰਿਹਾ ਕਿ ਸਾਡੇ ਪਾਠਾਂ ਦੀ ਨਿੰਦਿਆ ਕਰ ਦਿੱਤੀ, ਸਾਡੇ ਫਲਾਨੇ ਬਾਬਿਆਂ ਦੀ ਨਿੰਦਾ ਕਰਤੀ, ਸੰਤਾਂ ਦੀ ਨਿੰਦਾ ਕਰਤੀ, ਗੁਰਮੁਖ ਪਿਆਰਿਓ ਉਹ ਤੁਸੀਂ ਚੁੱਪ ਬੈਠੋਗੇ। ਅਤੇ ਇੰਨਾ ਗੁੱਸੇ ਵਿੱਚ ਆ ਜਾਂਦਾ ਸਟੇਜ ਦੇ ਉੱਤੇ ਬੈਠਾ ਬੈਠਾ, ਫਿਰ ਸੰਗਤਾਂ ਦੀਆਂ ਬਾਹਾਂ ਖੜੀਆਂ ਕਰਾਉਂਦਾ ਕਿ ਇਹਨਾਂ ਦਾ ਦੀਵਾਨ ਨਹੀਂ ਪਿੰਡਾਂ ਵਿੱਚ ਲੱਗਣ ਦੇਵਾਂਗੇ। ਇੱਕ ਸਵਾਲ ਮੈਂ ਕਰਨਾ ਚਾਹੁੰਦਾ ਨਾਨਕ ਸਰ ਦੇ ਇਸ ਬਾਬੇ ਨੂੰ ਕਿ ਗੁਰਮੁਖ ਪਿਆਰਿਆ, ਪਹਿਲਾਂ ਤਾਂ ਤੂੰ ਸਿਮਰਨ ਕਰ ਰਿਹਾ, ਸਿਮਰਨ ਕਰਕੇ ਤਾਂ ਮਨ ਸ਼ਾਂਤ ਹੁੰਦਾ, ਪਰਮਾਤਮਾ ਦਾ ਨਾਮ ਜਪ ਕੇ ਤਾਂ ਮਨ ਸ਼ਾਂਤ ਹੁੰਦਾ ਹੈ, ਪਰ ਤੂੰ ਸਿਮਰਨ ਕਰਨ ਤੋਂ ਬਾਅਦ ਵਿੱਚ ਇੰਨਾ ਭਾਂਬੜ ਵਿੱਚ ਮੱਚ ਗਿਆ, ਇੰਨਾ ਕ੍ਰੋਧ ਵਿੱਚ ਆ ਗਿਆ, ਤੇਰੇ ਸਿਮਰਨ ਕੀਤੇ ਦਾ ਕੀ ਫਾਇਦਾ, ਅਤੇ ਕਿਹੋ ਜਿਹੀ ਸ਼ਬਦਾਵਲੀ ਤੁਸੀਂ ਗੁਰਮਤਿ ਦੀ ਸਟੇਜ ਦੇ ਉੱਤੇ ਬੈਠ ਕੇ ਵਰਤ ਰਹੇ ਹੋ, ਕੋਈ ਧਿਆਨ ਹੈ ਤੁਹਾਨੂੰ? ਤੇ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕਰ ਕੀ ਰਹੇ ਹੋ? ਜਿਹੜਾ ਗੁਰਮਤਿ ਦਾ ਪ੍ਰਚਾਰ ਦਿਨ ਰਾਤ ਕਰ ਰਿਹਾ ਆ ਉਹਦੇ ਖਿਲਾਫ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਉਹਨਾਂ ਦਾ ਦੀਵਾਨ ਨਾ ਪਿੰਡਾਂ ਵਿੱਚ ਲੱਗਣ ਦੇਵੋ? ਸੁਣੀ ਤੁਸੀਂ ਮੈਂ ਭਰੀ ਸੀ ਗੁਰ ਕੀ ਕੁੰਡਾ ਸੁਣੇ ਮੈਂ ਕਾਨ ਸੀ
लाइन कोट कर रहा है गुरु की निंदा दी, पर गुरमुख प्यारियो कदी भाई रणजीत सिंह होना ने गुरु की निंदा की जे? इन्हां दियां चालां ने इस तरह तुहानू गुमराह करदे ने कि ते लाइन कोट कर दित्ती गुरु की निंदा के संबंध में, पर दुख लगा इस करके क्योंकि इन्हां दे पखंड नूं माड़ा किया। गुरु की निंदा तो की नहीं कितें। ते अगे दी शब्दावली देखो, गुरु की हजूरी दे विच बैठ के एक सिख नूं जिहड़ा गुरमत का प्रचार कर रहा उहनूं कुत्ता कह रहा। मैनूं माफ करना, मेरी जुबान सड़ जाए जे मैं एक गुरसिख नूं, एक गुरु दे प्यारे नूं, एक गुरु दे सिख नूं जिहड़ा गुरु दा उपदेश संगतां तक पहुंचा रहा आ, मेरी जुबान सड़ जाए जे मैं उहनूं कुत्ता कहां। पर इस स्टेज दे उत्ते बैठ के गुरु महाराज दी हजूरी दे विच अपने आप नूं नानक खरदा स्थान तक होण वाला एक गुरु दे सिख नूं कुत्ता कह रहा। गुरुमुख प्यारे, उह तुहाडी अणख मर गई, तुसीं चुप करके बैठे जे सामणे, आ सुण लो अपने कन्नां दे नाल। बेनती होर करनी सी इन्हां अखौती संतां नूं कि जदों ते गुरु ग्रंथ साहिब दी भी इन्नी बेअदबी होई है ते हज भी हो रही है जां होर कौम दे इन्ने गंभीर मसले ने, उहनां दे संबंध विच तां तुहाडे कोई बयान नहीं दे हुंदा, ना ही तुसीं किसे गल दे उत्ते खड़दे जे। गुरु दी बेअदबी हो जावे कोई बयान नहीं, कोई गल नहीं, कोई स्टैंड नहीं, कुछ नहीं। कौम लीरो लीर हो जावे कोई गल नहीं, कोई परेशानी नहीं, कोई बयान नहीं, कोई स्टैंड नहीं। पर जे ताडी दुकानदारी नूं खतरा पैंदा, ताडे बाबे नूं किसे पखंडी नूं पखंडी कहता, तां उदों तुहानूं मिर्चां लगदियां जे। जे तुहाडे कोल सचमुच जवाब है तां जवाब दिओ कि मूंह बन के 100 प्रकाश करके मूंह दे विच गुण 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 करन दा की फायदा हुंदा है। इह तां जवाब दिओ जे किसे कोल है ते। तो मैं नौजवानों भी बेनती करांगा कि तुसीं भी इन्हां नूं पुछिया करो भी आ की पखंड फड़िया, कित्थे लिखिया गुरु ग्रंथ साहिब जी दी बाणी दे विच कि मूंह बन के 100 गुरु ग्रंथ साहिब दे प्रकाश करके गुण 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 करी जाओ, किसे नूं कोई समझ ना आवे कि इह सिक्खी आ। तुसीं तां कोई नवीं सिक्खी तोड़ दित्ती। गुरु साहिब दे वेले तां 100 गुरु ग्रंथ साहिब दे महाराज दे सरूप ही है नहीं सी। तुहानूं कोई ज्यादा विधि पता लग गई, जे इदां ही कुछ हुंदा तां गुरु साहिब आप ना लिख लैंदे 100-200 महाराज दे सरूप भी इदां जी लैण च ला के मूंह बन के सिंघो बहि जाओ गुण 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 करी जाओ, किसे नूं समझ ना लगे। जे कोई कहे नहीं अंदर आ जाइए, नहीं जी ये फलाने पाठ हो रहे आ, इत्थे शरदा भंग हो जाणी आ, इत्थे बेअदबी हो जाणी आ, तुसीं नहीं अंदर आ सकदे। जां गुरु साहिब दे समें कोई इहो जी गल हुंदी ते गुरु दे सिख आ के गुरु ग्रंथ साहिब महाराज दी हजूरी विच बैठदे ते जिहड़ा सिंघ उत्थे बैंदा उहनूं कहिंदे कि सिंघां वी सानूं पाठ पाठ सुणा उच्ची बोल के शुद्ध, ते उदों कोई सिंघ कह दवे नहीं जी इह पाठ सुणाउण नूं नहीं, इह तां मूंह बन के गुण गुण करन नूं आ, सानूं तां किते इहो जिहा इतिहास मिलिया नहीं, तुसीं पता नहीं कित्थों कढ लिया। ते मैं बेनती करांगा गुरमुख प्यारिओ, ते भाई रणजीत सिंह होणा ने वी इह बेनती कीती सी, ते दास ने भी बहुत बार यह बेनती की सी कि जे ताडियां लड़ियां लाउण दे नाल कोई मसला हल हुंदा आ तो फिर साडा कौम दा जथेदार भाई जगतार सिंह हवारा अज जेल च बैठा, दसो किन्नियां लड़ियां लाई असीं, दसो किन्ने खंड पाठ प्रकाश करिए। भाई रणजीत सिंह उन्होंने तो कहा सी मैं खर्चा दवांगा, आप असीं करांगे, तुसीं सानूं दसो किन्ने 100 प्रकाश करना है। भाई जगतार सिंह हवारा साडी कौम दा जथेदार जेलों बाहर आ जावे, कोई जवाब है तुहाडे कोल? ते मैं गुरमुख प्यारे हो तुहानूं नौजवानां नूं बेनती करांगा कि हुण तुसीं भी अपनी जो है स्टैंड लाओ। तुसीं हुण इन्ने न्याणे नहीं, तुहानूं पता है कि सच की है ते झूठ की है, तुहानूं पता कौन सच्चा ते कौन झूठा,
ਇਹ ਫੈਸਲਾ ਹੁਣ ਤੁਸੀਂ ਕਰਨਾ ਕਿ ਆਪਣੇ ਪਿੰਡਾਂ ਦੇ ਵਿੱਚ ਦੀਵਾਨ ਕਿਹਦੇ ਲੱਗਣ ਦੇਣੇ ਨੇ ਤੇ ਕਿਹਦੇ ਨਹੀਂ ਲੱਗਣ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।